Like the video, subscribe to the channel and press the bell icon for latest video update. ਨੂੰ ਵਾਰਨਿੰਗ ਨਹੀਂ ਕਦੀ ਜਿਹੜੀਆਂ ਮੇਰੀਆਂ ਐਕਸਲੈਂਟ ACR ਸੀਆਂ ਐਪਰੀਸ਼ੀਏਸ਼ਨ ਲੈਟਰ ਸੀ ਸਾਰੇ ਬਟ ਉਸ ਦੇ ਬਾਵਜੂਦ 21 ਮਈ ਨੂੰ ਇਹਨਾਂ ਮੇਰੇ ਬਗੈਰ ਕਾਰਨ ਦੇ ਸਸਪੈਂਡ ਕਰਤਾ। ਅੱਛਾ, ਸਟੇਟ ਵੇ ਸਸਪੈਂਸ਼ਨ ਆਰਡਰ ਦੇਤਾ ਸਸਪੈਂਡ ਕਰਤਾ ਤੇ ਸਸਪੈਂਡ ਕਰਨ ਤੋਂ ਬਾਅਦ ਇੱਕ ਬੜੀ ਹਾਸੋਹੀਣੀ ਗੱਲ ਇਹਨਾਂ ਨੇ ਪਹਿਲਾਂ ਲਿਖਿਆ ਵੀ ਮੈਨੂੰ ਬੋਰਡ ਮੇਰੇ ਕਿਉਂਕਿ ਮੇਰੀ ਜਿਹੜੀ ਬੋਰਡ ਜਿਹੜੀ ਅਪੁਆਇੰਟਿੰਗ ਅਥਾਰਟੀ ਸੀ ਉਹ ਬੋਰਡ ਆਫ ਗਵਰਨਰ ਸੀ ਉਹ ਬੋਰਡ ਆਫ ਗਵਰਨਰ ਦੇ ਚੇਅਰਮੈਨ ਚੀਫ ਸੈਕਟਰੀ ਸਾਹਿਬ ਸੀ ਉਹਨਾਂ ਮੈਨੂੰ 21 ਨੂੰ ਇਹਨਾਂ ਨੇ ਸਸਪੈਂਡ ਕਰਕੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਵੀ ਮੈਂ ਜਿਵੇਂ ਤੁਹਾਡੇ ਨਾਲ ਗੱਲ ਹੋਈ ਆ ਮੈਂ ਉਹਦੇ ਮੁਤਾਬਕ ਡਾਕਟਰ ਐਨ ਪੀ ਸਿੰਘ ਨੂੰ ਸਸਪੈਂਡ ਕਰ। ਅੱਛਾ, ਉਹਨਾਂ ਨੇ 22 ਨੂੰ ਇਹਨਾਂ ਨੇ ਚਿੱਠੀ ਲਿਖੀ ਤੇ ਉਹਨਾਂ ਦਾ 2 ਦਿਨ ਬਾਅਦ ਜਵਾਬ ਆ ਗਿਆ ਵੀ ਨਹੀਂ ਮੇਰੇ ਨਾਲ ਕਦੀ ਕੋਈ ਗੱਲ ਨਹੀਂ ਸਸਪੈਂਸ਼ਨ ਦੀ ਨਹੀਂ ਹੋਈ। ਐਡਵਾਈਜ਼ਰ ਉਹ ਬੰਦਾ ਜਿਹੜਾ ਸੀਗਾ ਉਹ ਸੀਗਾ ਪ੍ਰਵੀਨ ਕੁਮਾਰ ਦਿੱਲੀ ਤੋਂ। ਅੱਛਾ, ਉਸ ਬੰਦੇ ਨੇ ਇਹਨੂੰ ਸਾਰੀ ਇਹ ਸਾਰੀ ਜਿਹੜੀ ਪ੍ਰਕਿਰਿਆ ਦੇ ਵਿੱਚ ਮੇਨ ਰੋਲ ਉਹਦਾ ਸੀ ਉਹਨੂੰ ਇਹਨਾਂ ਨੇ ਆਪਣਾ ਕੰਸਲਟੈਂਟ ਲਗਾ ਲਿਆ। ਅੱਛਾ ਅੱਛਾ, ਕੰਸਲਟੈਂਟ ਲਗਾ ਕੇ ਉਹਨੂੰ ਤਕਰੀਬਨ ਜੋ FIR ਦੇ ਵਿੱਚ ਤੇ ਬਾਕੀ ਜਗ੍ਹਾ ਹੈ 25 ਕਰੋੜ ਰੁਪਈਆ ਉਹਨੂੰ ਦਿੱਤਾ। ਪ੍ਰੋਸੀਜਰ ਉਹਦਾ ਬੜਾ ਮੈਂ ਕੱਲ੍ਹ ਰਿਪੋਰਟ ਵੀ ਦੇਖ ਰਿਹਾ ਸੀ ਉਸ 'ਚ ਲਿਖਿਆ ਸੀ ਇਹਦੇ ਕੰਮ ਦਾ ਵੇਰਵਾ ਕੋਈ ਨਹੀਂ ਵੀ ਕੀ ਕੰਮ ਕੀਤਾ ਇਹਨੇ। ਅੱਛਾ ਅੱਛਾ, ਨਾ ਇਹਦੀ ਕੋਈ ਐਡਵਰਟਾਈਜ਼ਮੈਂਟ ਨਾ ਇਹਦਾ ਕੁਛ ਹੈ। ਉਸ ਤੋਂ ਇਲਾਵਾ ਉਹਨੂੰ ਸਿੱਧੇ ਪੈਸੇ ਵੀ ਇਸ ਤਰ੍ਹਾਂ ਦਿੰਦੇ ਰਹੇ ਵੀ ਫਾਈਲ ਆਉਂਦੀ ਸੀ ਬਿੱਲ ਆਉਂਦਾ ਸੀ ਉਹਦਾ ਈਮੇਲ ਤੇ ਬਿੱਲ ਦੇ ਉੱਤੇ ਹੀ VC ਅਪਰੂਵ ਕਰਦਾ ਸੀ ਈਮੇਲ ਤੇ ਹੀ ਉੱਥੇ ਲਿਖ ਦਿੰਦਾ ਸੀ ਫਾਈਲ ਰਿਟੇਨਡ ਇਨ ਦਾ VC ਆਫਿਸ ਪਲੀਜ਼ ਪੇ 5 ਕਰੋੜ 3 ਕਰੋੜ ਜਿੰਨਾ ਵੀ ਕਰੋੜ। ਦਰਸ਼ਕੋ ਪਿਛਲੇ ਸਾਲ ਹੀ ਤੁਹਾਨੂੰ ਪਤਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਜਲੰਧਰ ਜਿਹੜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਉਹਦੇ ਵਿੱਚ ਕੁਝ ਮੇਜਰ ਸਕੈਂਡਲ ਐਕਸਪੋਜ਼ ਹੋਇਆ ਸੀ ਜਿਹਦੇ ਵਿੱਚ ਵਿਜੀਲੈਂਸ ਨੇ ਇਨਕੁਆਇਰੀ ਕੀਤੀ ਸੀ ਵਾਈਸ ਚਾਂਸਲਰ ਤੇ ਕੁਝ ਅਦਰਸ ਤੇ ਬੜੇ ਸੀਰੀਅਸ ਅਫੈਂਸਸ ਲੱਗੇ ਸੀ। ਅੱਜ ਦੀ ਅਖਬਾਰ ਵਿੱਚ ਆ 42 ਕਰੋੜ ਦਾ ਜਿਹੜਾ ਇਹ ਇੰਬੈਜ਼ਲਮੈਂਟ ਹੋਈ ਸੀ ਉਹਦੇ ਬਾਰੇ ਵਿਜੀਲੈਂਸ ਬਿਊਰੋ ਆਪਣੇ ਚਾਰਜਸ ਵਾਪਸ ਲੈ ਕੇ ਕਲੋਜ਼ਰ ਰਿਪੋਰਟ ਪੇਸ਼ ਕਰ ਰਹੀ ਹੈਗੀ ਆ। ਇਹ ਸਾਰਾ ਮਸਲਾ ਕੀ ਹੈਗਾ, ਕਿਉਂ ਇਸ ਤਰ੍ਹਾਂ ਹੋਇਆ, ਕੀ ਇਹੋ ਚਾਰਜਸ ਸੀ, ਇਹ ਸਾਰੇ ਡਿਟੇਲ ਵਿੱਚ ਡਿਸਕਸ ਕਰਾਂਗੇ। ਤੁਹਾਡੇ ਨਾਲ ਜੁੜੇ ਨੇ ਡਾਕਟਰ NP ਸਿੰਘ ਜੀ, ਬਹੁਤ ਅੱਛੇ ਉਹ ਟੈਕਨੋਕ੍ਰੈਟ ਆ ਤੇ ਡੀਨ ਰਿਟਾਇਰ ਹੋਏ ਹੈਗੇ ਆ PTU ਵਿੱਚੋਂ। ਡਾਕਟਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਸਾਡੇ ਦਰਸ਼ਕਾਂ ਨੂੰ ਜਿਹੜੇ ਨਹੀਂ ਇਸ ਮਸਲੇ ਬਾਰੇ ਜਾਣਦੇ, ਇਹ ਮਸਲਾ ਕੀ ਸੀ, ਕਿਵੇਂ ਨੋਟਿਸ ਵਿੱਚ ਆਇਆ, ਪਹਿਲਾਂ ਕਿਹਨਾਂ ਨੇ ਕੰਪਲੇਂਟ ਕੀਤੀ ਤੇ ਕੀ ਮਸਲਾ ਇਹ ਬਣਿਆ ਸੀ, ਬਰੀਫ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ। ਬਾਲਾ ਸਾਹਿਬ, ਥੈਂਕ ਯੂ ਵੈਰੀ ਮਚ ਫਾਰ ਕਾਲਿੰਗ ਮੀ ਫਾਰ ਦਾ ਦਿਸ ਇੰਟਰਵਿਊ। ਇਹ ਜਿਹੜਾ ਮਸਲਾ ਹੈ ਇਹ ਇਵੋਲਵ ਹੋਇਆ 2012 'ਚ, ਮੇਨਲੀ ਜੋ ਸ਼ੁਰੂਆਤ ਇਹਦੀ 2012 'ਚ ਹੋਈ। 2012 'ਚ ਮੈਂ ਤੁਹਾਨੂੰ ਹਿਸਟਰੀ ਦੱਸਾਂ ਤੇ ਇਹ ਜਿਹੜੀ ਯੂਨੀਵਰਸਿਟੀ ਸੀ ਬੇਸਿਕਲੀ ਜਾਣੀ ਜਾਂਦੀ ਸੀ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਕਰਕੇ। ਔਰ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਦੇ ਜਿਹੜੀ ਸਾਡਾ ਮੇਨ ਅਰਨਿੰਗ ਸੀ, ਇਹ ਯੂਨੀਵਰਸਿਟੀ ਜਿਹੜੀ ਰਿਚੈਸਟ ਯੂਨੀਵਰਸਿਟੀ ਉਸ ਸਮੇਂ ਗਿਣੀ ਜਾਂਦੀ ਸੀ ਇੰਡੀਆ ਦੇ ਵਿੱਚ। ਇਹਦੇ ਕੋਲ ਤਕਰੀਬਨ 1500 ਕਰੋੜ ਰੁਪਈਆ ਦਾ ਕਾਰਪਸ ਸੀਗਾ। ਸੋ ਇਹ ਜਦੋਂ 12 ਦੇ ਵਿੱਚ ਇਹ ਪੀਕ 'ਤੇ ਸੀ ਉਸ ਸਮੇਂ ਤਕਰੀਬਨ ਇਹਦਾ ਜਿਹੜਾ ਰੈਵੀਨਿਊ ਕਲੈਕਸ਼ਨ ਸੀਗੀ ਉਹ 294 ਕਰੋੜ ਸੀ ਡਿਸਟੈਂਸ ਐਜੂਕੇਸ਼ਨ ਤੋਂ। ਮਤਲਬ 12 ਵਿੱਚ ਡਿਸਟੈਂਸ ਐਜੂ 294 ਕਰੋੜ, ਬਹੁਤ ਵੱਡੀ ਅਮਾਊਂਟ ਸੀ ਰਸੀਟ। ਹਾਂਜੀ, ਤੇ ਉਹ ਰਸੀਟ ਦੇ ਵਿੱਚੋਂ ਆਲਮੋਸਟ ਯੂਨੀਵਰਸਿਟੀ ਵਾਜ਼ ਅਰਨਿੰਗ ਅਬਾਊਟ 100 ਮੋਰ ਦੈਨ 100 ਕਰੋੜ। ਹਾਂਜੀ, ਉਹਦੇ ਵਿੱਚ ਇਹ ਜਿਹੜਾ ਡਿਸਟੈਂਸ ਐਜੂਕੇਸ਼ਨ ਬੇਸਿਕਲੀ ਚੱਲਦਾ ਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ। ਇਹ 'ਚ ਥ੍ਰੀ ਪਾਰਟਨਰ ਸੀਗੇ, ਯੂਨੀਵਰਸਿਟੀ, ਇੱਕ ਰੀਜਨਲ ਸੈਂਟਰਸ ਐਂਡ ਇੱਕ ਸੀ ਲਰਨਿੰਗ ਸੈਂਟਰਸ। ਇਹ ਸਾਡਾ ਜਿਹੜਾ ਪ੍ਰੋਗਰਾਮ, ਹਾਂਜੀ, ਪ੍ਰੋਗਰਾਮ ਜਿਸ ਦੇ ਵਿੱਚ ਤਕਰੀਬਨ ਸਾਡੇ ਜਿਹੜੇ ਲਰਨਿੰਗ ਸੈਂਟਰ ਸੀ ਉਹ 2200 ਦੇ ਕਰੀਬ ਸੀਗੇ ਅਤੇ 2012 ਹਾਂਜੀ ਸਾਰੇ ਇੰਡੀਆ ਦੇ ਵਿੱਚ ਅਤੇ ਅਬਰੋਡ। 2012 ਦੇ ਵਿੱਚ ਅਸੀਂ ਇਨੀਸ਼ੀਏਟਿਵ 2011-12 ਦੇ ਵਿੱਚ ਅਸੀਂ ਇਨੀਸ਼ੀਏਟਿਵ ਲਿਆ ਅਤੇ ਇਹ ਡਿਸਟੈਂਸ ਅਤੇ ਔਨਲਾਈਨ ਪ੍ਰੋਗਰਾਮ ਜਿਹੜਾ ਹੈ ਇਹਨੂੰ ਅਸੀਂ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਵੀਅਤਨਾਮ ਤੱਕ ਅਸੀਂ ਲੈ ਕੇ ਗਏ। ਉੱਥੇ ਅਸੀਂ ਲਰਨਿੰਗ ਸੈਂਟਰ ਖੋਲ੍ਹੇ ਤੇ ਉੱਥੇ ਵੀ ਫੋਰਨ ਕੰਟਰੀ ਵਿੱਚ ਸਾਡੇ ਇਹੋ ਡਿਸਟੈਂਸ ਸੈਂਟਰ ਸੀਗੇ। ਵਾਹ ਵਾਹ ਵਾਹ, ਬਹੁਤ। ਹਾਂਜੀ,
ਉਹ ਤਕਰੀਬਨ ਤਕਰੀਬਨ ਸਾਡੇ ਕੋਲ ਯੂ ਵਿਲ ਬੀ ਸਰਪ੍ਰਾਈਜ਼ਡ ਵੀ 11 ਸ਼ੁਰੂ ਕਰਨ ਤੋਂ ਬਾਅਦ ਸਾਡੇ ਕੋਲ 6-7 ਹਜ਼ਾਰ ਸਟੂਡੈਂਟ ਉੱਥੋਂ ਵੀ ਐਨਰੋਲ ਹੋ ਗਿਆ ਸੀਗਾ। ਅੱਛਾ ਜੀ। ਤੇ ਅਸੀਂ ਇਹਨੂੰ PTU ਤੋਂ ਸਪੋਰਟ ਦੇ ਰਹੇ ਸੀਗੇ ਸਾਰੀ। ਤੇ ਇਹਦੀ ਹਾਂਜੀ ਇਹਦੇ ਵਿੱਚ ਮੇਨ ਇਸ਼ੂ ਇਹ ਉੱਠਿਆ ਵੀ ਜਦੋਂ ਗੌਰਮੈਂਟ ਚੇਂਜ ਹੋਈ ਤੇ ਉਦੋਂ ਸਾਡੀ ਯੂਨੀਵਰਸਿਟੀ ਦਾ ਜਿਹੜਾ ਸੀਗਾ ਉੱਥੇ ਜਿਹੜਾ ਸੀ ਇੱਕ ਨਵੇਂ ਜਿਹੜੇ ਵਾਈਸ ਚਾਂਸਲਰ ਅਰੋੜਾ ਜੀ ਸੀ ਉਹਨਾਂ ਦੀ ਪਹਿਲੀ ਟਰਮ 2011 'ਚ ਖਤਮ ਹੋਈ ਤੇ 2012 ਦੇ ਵਿੱਚ ਉਹ ਕਿਉਂਕਿ ਕੋਰ RSS ਨੂੰ ਬਿਲੋਂਗ ਕਰਦੇ ਸੀਗੇ ਤੇ ਉਹਨਾਂ ਦਾ ਉਹਨਾਂ ਦੇ ਨਾਲ ਸਿੰਪਥੈਟਿਕ ਸੀ ਤੇ ਉਹਨਾਂ ਨੇ ਪਹਿਲਾਂ ਵੀ ਕੁਛ ਨਿਯੁਕਤੀਆਂ ਕੀਤੀਆਂ ਸੀ RSS ਬੇਸ ਦੇ ਕੈਂਡੀਡੇਟ ਸੀ ਬਾਈ ਇਗਨੋਰਿੰਗ ਅਦਰਸ ਤੋ ਕੁਛ ਤੇ ਬਗੈਰ ਪ੍ਰੋਸੀਜਰ ਹੀ ਕੀਤੀਆਂ ਹੋਈਆਂ ਸੀ ਜਿੱਥੋਂ ਥੋੜ੍ਹਾ ਥੋੜ੍ਹਾ ਸੁਲਗਦੀ ਅੱਗ ਤੇ ਲੋਕਾਂ ਨੂੰ ਇਹ ਲੱਗਿਆ ਵੀ ਇਹ ਸਾਡੀ ਯੂਨੀਵਰਸਿਟੀ ਹੈ ਫਿਰ ਉਹਨਾਂ ਨੇ ਉਸ ਯੂਨੀਵਰਸਿਟੀ ਦੇ ਵਿੱਚੋਂ ਇਹ ਉਹਨਾਂ ਦੀ ਅੱਖ ਰਹੀ ਵੀ ਇਹ ਜਿਹੜਾ ਹੈ ਪੈਸੇ ਦੇ ਉੱਤੇ ਲੋਕਾਂ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੋਨਟਰੀ ਬੈਨੀਫਿਟਸ ਵਾਸਤੇ ਜਦੋਂ ਤੁਸੀਂ ਮਾੜੀ ਜਿਹੀ ਵੀ ਕਿਸੇ ਨੂੰ ਲਿਬਰਟੀ ਦਿੰਦੇ ਆ ਤੇ ਉਹ ਹੀ ਟੇਕਸ ਮੋਰ ਲਿਬਰਟੀ ਉਹ ਫਿਰ ਉਸ ਗੱਲ ਤੋਂ 2012 ਦੇ ਵਿੱਚ ਜਦੋਂ ਇਹ ਇਹਨਾਂ ਨੂੰ ਲੋਕਾਂ ਨੂੰ ਪਤਾ ਲੱਗਾ ਵੀ ਜਿਹੜੇ ਡਿਸਟੈਂਸ ਦੇ ਅਦਰ ਪਾਰਟਨਰਸ ਹੈ ਲਰਨਿੰਗ ਸੈਂਟਰ ਦੇ ਇੱਕ ਛੋਟਾ ਯੂਨਿਟ ਹੈ ਪਰ ਉਹਦੇ ਨਾਲ ਇੱਕ ਵੱਡਾ ਯੂਨਿਟ ਹੈ RC ਰੀਜਨਲ ਸੈਂਟਰ ਜਿਹੜੇ ਸਟੇਟਾਂ ਹੋਲਡ ਕਰਦੇ ਸੀ ਉਹਨਾਂ ਤੇ ਉਹਨਾਂ ਦੀ ਅੱਖ ਆਈ ਵੀ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਹਨਾਂ ਦੀ ਕਮਾਈ ਬਹੁਤ ਹੈ ਅੱਛਾ ਜੀ ਕਰੋੜਾਂ ਦੀ ਕਮਾਈ ਸੀ ਉਹਨਾਂ ਨੂੰ ਤਕਰੀਬਨ 18% ਸ਼ੇਅਰ ਦਿੰਦੇ ਸੀਗੇ ਜਿਹੜੀ ਉਹ ਫੀ ਦੀ ਕਲੈਕਸ਼ਨ ਕਰਦੇ ਸੀ ਐਕਚੁਲੀ ਉੱਥੇ ਇਹਨਾਂ ਨੇ ਦੇ ਟ੍ਰਾਈਡ ਫਰੋਮ ਦਿਸ ਦੈਟ ਵੇ ਕਿ ਉੱਥੇ ਆਪਣੇ ਲਰਨਿੰਗ ਸੈਂਟਰ ਉਹ ਬੰਦਿਆਂ ਨੂੰ ਬੰਦਿਆਂ ਦੇ ਵਿੱਚ ਆਪਣੇ ਬੰਦੇ ਘੁਸਾਏ ਜਾਣ ਅੱਛਾ ਅੱਛਾ ਉਹ ਜਦੋਂ ਨਹੀਂ ਘੁਸੇ ਤੇ ਉਹਦੇ ਵਿੱਚ ਕਿਉਂਕਿ ਮੈਂ ਉਹਦਾ ਇੰਚਾਰਜ ਸੀ ਉਸ ਸਮੇਂ ਤੇ ਇਹਨਾਂ ਨੇ ਮੈਨੂੰ ਡਿਸਟੈਂਸ ਐਜੂਕੇਸ਼ਨ ਦੇ ਇੰਚਾਰਜ ਸੀ ਆਈ ਵਾਜ਼ ਲੁਕਿੰਗ ਆਫਟਰ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਸੋ ਉਹਨਾਂ ਨੇ ਫਿਰ ਫਸਟ ਅਟੈਕ ਜਿਹੜਾ ਮੇਰੇ ਤੇ ਕੀਤਾ ਮੈਨੂੰ ਸਸਪੈਂਡ ਕੀਤਾ ਮਈ ਦੇ ਵਿੱਚ ਐਪਰੀਸ਼ੀਏਸ਼ਨ ਲੈਟਰ ਸੀ ਸਾਰੇ ਬਟ ਉਸਦੇ ਬਾਵਜੂਦ 21 ਮਈ ਨੂੰ ਮੈਨੂੰ ਬਗੈਰ ਕਾਰਨ ਦੇ ਸਸਪੈਂਡ ਕਰਤਾ ਤੇ ਸਸਪੈਂਡ ਕਰਨ ਤੋਂ ਬਾਅਦ ਇੱਕ ਬੜੀ ਹਾਸੋਹੀਣੀ ਗੱਲ ਇਹਨਾਂ ਨੇ ਪਹਿਲਾਂ ਲਿਖਿਆ ਵੀ ਮੈਨੂੰ ਬੋਰਡ ਮੇਰੀ ਕਿਉਂਕਿ ਮੇਰੀ ਜਿਹੜੀ ਬੋਰਡ ਜਿਹੜੀ ਅਪੁਆਇੰਟਿੰਗ ਅਥਾਰਟੀ ਸੀ ਉਹ ਬੋਰਡ ਆਫ ਗਵਰਨਰ ਸੀ ਉਹ ਬੋਰਡ ਆਫ ਗਵਰਨਰ ਦੇ ਚੇਅਰਮੈਨ ਚੀਫ ਸੈਕਟਰੀ ਸਾਹਿਬ ਸੀ ਉਹਨਾਂ ਮੈਨੂੰ 21 ਨੂੰ ਇਹਨਾਂ ਨੇ ਸਸਪੈਂਡ ਕਰਕੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਵੀ ਮੈਂ ਜਿਵੇਂ ਤੁਹਾਡੇ ਨਾਲ ਗੱਲ ਹੋਈ ਆ ਮੈਂ ਉਹਦੇ ਮੁਤਾਬਕ ਡਾਕਟਰ ਐਨ ਪੀ ਸਿੰਘ ਨੂੰ ਸਸਪੈਂਡ ਕਰ ਅੱਛਾ ਉਹਨਾਂ ਨੇ 22 ਨੂੰ ਇਹਨਾਂ ਨੇ ਚਿੱਠੀ ਲਿਖੀ ਤੇ ਉਹਨਾਂ ਦਾ 2 ਦਿਨ ਬਾਅਦ ਜਵਾਬ ਆ ਗਿਆ ਵੀ ਨਹੀਂ ਮੇਰੇ ਨਾਲ ਕਦੀ ਕੋਈ ਗੱਲ ਨਹੀਂ ਸਸਪੈਂਸ਼ਨ ਦੀ ਨਹੀਂ ਹੋਈ ਹੀ ਡਿਨਾਈ ਹਾਂ ਫਿਰ ਇਹਨਾਂ ਨੇ ਜਿਹੜਾ ਬੋਰਡ ਦੇ ਤੌਰ ਤੇ ਮੈਨੂੰ ਸਸਪੈਂਡ ਕੀਤਾ ਸੀ ਉਹ ਬਦਲ ਕੇ ਕਹਿਤਾ ਮੈਂ ਆਪੇ ਸਸਪੈਂਡ ਕੀਤਾ ਅੱਛਾ 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 ਹਾਂਜੀ ਹਾਂਜੀ ਕਾਰਨ ਕੋਈ ਨਹੀਂ ਸੀ ਉਹਦੇ ਵਿੱਚ ਜਿਹੜੇ ਇਹਨਾਂ ਨੇ ਮੇਰੇ ਤੇ ਚਾਰਜ ਵੀ ਫਰੇਮ ਕੀਤੇ ਉਹਦੇ 'ਚ ਇੱਕ ਹੀ ਚਾਰਜ ਦੇਖੋ 5 ਚਾਰਜ ਸੀ 5 ਚਾਰਜਾਂ 'ਚੋਂ 1 ਚਾਰਜ ਸਿਰਫ ਇੰਨਾ ਹੀ ਸੀ ਬਈ ਇਹਦੀ ਜਿਹੜੀ ਈਮੇਲ ਹੈ singnp59@gmail.com ਉਹਦਾ ਮੈਂ ਪਾਸਵਰਡ ਮੰਗਿਆ ਨੇ ਮੈਨੂੰ ਦਿੱਤਾ ਨਹੀਂ ਬਾਕੀ 4 ਵੀ ਇਸ ਤਰ੍ਹਾਂ ਦੇ ਰਲਦੇ ਮਿਲਦੇ ਇਸ ਕੋਈ ਉਹਦੇ ਨਾਲ ਫਾਈਨੈਂਸ਼ੀਅਲ ਰੈਗੂਲਰਿਟੀ ਦਾ ਨਹੀਂ ਸੀਗਾ ਕੋਈ ਮਿਸਕੰਡਕਟ ਨਹੀਂ ਸੀ ਕੁਛ ਨਹੀਂ ਸੀ ਫਿਰ ਇਹਨਾਂ ਨੇ ਆਪਣਾ ਪਤਾ ਲਗਾ ਕੇ ਮੈਂ ਉਹਨਾਂ ਦੀ ਕਿਸੇ ਇਨਕੁਆਇਰੀ 'ਚ ਪਾਰਟੀਸਪੇਟ ਨਹੀਂ ਕੀਤਾ ਮੈਂ ਰਿਪ੍ਰਜੈਂਟ ਕੀਤਾ ਜਿੱਥੇ ਜਿੱਥੇ ਵੀ ਕੀਤਾ ਪਰ ਸ਼ੁਰੂਆਤ ਇੱਥੋਂ ਵੀ ਮੈਨੂੰ ਕੱਢਿਆ ਗਿਆ ਪਹਿਲਾਂ ਅੱਛਾ ਅੱਛਾ ਸ਼ੁਰੂਆਤ ਬਾਅਦ ਇਹਨਾਂ ਨੇ ਮਾਰਚ ਦੇ ਵਿੱਚ ਜਿਹੜੇ ਰੀਜਨਲ ਸੈਂਟਰ ਸੀ ਉਹਨਾਂ ਦੀ ਐਕਸਟੈਂਸ਼ਨ ਆਪ ਆਪਣੇ ਹੱਥ ਨਾਲ ਮੇਰੇ ਕੋਲ ਕਾਗਜ਼ ਸਾਹਮਣੇ ਪਿਆ ਆਪ ਲਿਖ ਕੇ ਆਪ ਕੀਤੀ 5 ਸਾਲ ਵਾਸਤੇ ਅੱਛਾ ਵੀ ਉਹਨਾਂ ਦੀ ਸਰਵਿਸਿਜ਼ ਬਹੁਤ ਅੱਛੀਆਂ ਹੈ ਮਾਰਚ ਦੇ ਵਿੱਚ 12 'ਚ ਤੇ ਉਹਨਾਂ ਨੂੰ ਫਿਰ ਸਭ ਤੋਂ ਪਹਿਲਾਂ ਉਹਨਾਂ ਤੇ ਪਰਚੇ ਕਰਨੇ ਸ਼ੁਰੂ ਕੀਤੇ ਮੈਨੂੰ ਕੱਢਣ ਤੋਂ ਬਾਅਦ ਅਗਸਤ ਦੇ ਵਿੱਚ ਇਹਨਾਂ ਨੇ ਇੱਕ ਰੀਜਨਲ ਸੈਂਟਰ ਤੇ ਉਹਨਾਂ ਨੂੰ ਪਹਿਲਾਂ ਇਹਨਾਂ ਦਾ ਇੱਕ ਦੋਸਤ 12 ਦੇ ਵਿੱਚ ਇਹਨਾਂ ਦੇ ਨਾਲ ਜੁਆਇਨ ਕੀਤਾ ਜਿਹੜਾ ਇਹਨਾਂ ਦਾ IIT ਦੇ ਵਿੱਚੋਂ ਆਇਆ ਸੀਗਾ ਉਹ ਉਹਨਾਂ ਦੇ ਉਹ ਜੋ ਐਲੀਗੇਸ਼ਨ ਹੈ ਵੀ ਉਹ ਬੰਦੇ ਨੇ ਉਹਨੂੰ ਆਖਿਆ ਦੂਜੇ ਬੰਦੇ ਨੂੰ ਜਿਹੜਾ ਸਾਡਾ RC ਸੀ ਜਾ ਕੇ ਵੀ ਤੁਸੀਂ ਮੈਨੂੰ ਸ਼ੇਅਰ ਹੋਲਡਰ ਰੱਖੋ ਉਹਨੇ ਨਹੀਂ ਰੱਖਿਆ ਤੇ ਉਹਨੂੰ ਉਹਨਾਂ ਨੇ ਉਹਦੀਆਂ ਜਿਹੜੀਆਂ RC ਦੀਆਂ ਪਾਵਰਸ ਵਿਦਡਰਾ ਕਰ ਲਈਆਂ ਸਾਰੀਆਂ ਭਾਰੀ ਹੋ ਗਈਆਂ ਇਹਨਾਂ ਦੀ ਹਾਂਜੀ ਫਿਰ ਇਹਨਾਂ ਨੇ ਕੀ ਕੀਤਾ
एक तो बाद एक मतलब जे मार्च के एक्सटेंशन देने तो बाद अगस्त तो लैके तो अगले फरवरी तक इन्होंने हौली हौली सारे जिन्हें आरसी से उन्होंने इन्होंने कटने की कोशिश की वन वे और अदर वे उन्होंने चार्जिज ला अच्छा वो जो रिजेक्ट करते फिर इन्होंने अल्टीमेटली इन्होंने पुलिस को अगेंस्ट परचे दर्ज कराने शुरू किए। अच्छा 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 इन्होंने सारे अगेंस्ट परचे दर्ज कराए परचे फिर अल्टीमेटली उस बाद सारे कैंसल भी हुए पर इन्होंने अच्छा वो मेन वाइज इन्होंने बैकअप के तौर पर अपने बंदियां नूं काफी नूं एडजस्ट किया। अच्छा अच्छा हाँ जी हाँ जी परपज ओह सी मतलब हाँ जिहड़ा मेन इन्हां दा सी एडवाइजर वो बंदा जिहड़ा सीगा वो सीगा प्रवीण कुमार दिल्ली तो। अच्छा उस बंदे ने इन्हूं सारी ये सारी जिहड़ी प्रक्रिया दे विच मेन रोल उहदा सी उहनूं इन्हां ने अपना कंसल्टेंट लगा लिया। अच्छा अच्छा कंसल्टेंट लगा के उन्हूं तकरीबन जो एफ आई आर दे विच ते बाकी जगह है 25 करोड़ रुपया उन्हूं दिता। प्रोसीजर वह बड़ा डिफा मैं कल रिपोर्ट भी देख रहा उस लिखा से ये काम का वेरवा कोई नहीं भी की काम किया इन्हें। अच्छा अच्छा ना यदि कोई एडवरटाइजमेंट ना यदा कुछ है उस तो अलावा उन्होंने सीधे पैसे पैसे भी इस तरह देंदे रहे भी फाइल आँदी सी बिल आता ईमेल से बिल के उत्ते ही वीसी अपरूव करता सी ईमेल से ही उत्ते लिख दिता है फाइल रिटेन इन द वीसी ऑफिस प्लीज पे 5 करोड़ 3 करोड़ जिन्ना भी करोड़। अच्छा मैं थोड़ा जिहा लेमैन पॉइंट ऑफ व्यू नाल पुछदा मान लो इन्होंने कोई जी कंसल्टेंट जां कुछ होर रखने सी नॉर्मल प्रोसीजर हुंदा भी एक उहदी एडवर्टाइजमेंट आउंदी आ एडवर्टाइजमेंट तो बाद अपलाई करदे आ फिर वह एक कमेटी बनदी आ ते कमेटी बन तो बाद वह फिर फैसला दे के फिर बोर्ड ऑफ गवर्नर्स तो अपरूव हुंदा फिर उन्होंने अपॉइंटमेंट जे कॉन्ट्रैक्चुअल भी आ किन्नी देर लई साल लई 6 महीने लई 2 साल लई फिर दित्ती जांदी है कि इदां दा कोई प्रोसेस दा अडॉप्ट नहीं होया सी। एग्जैक्टली जो तुसीं कह रहे प्रोसीजर यही सीगा इस तरह होया ये बंदे नूं पहलां ते प्रवीण नूं जदों रख्या ये केस ये जिहड़ा केस है इहदा बोर्ड ने मना किया होया सी भी कोई बंदा अपॉइंट नहीं करना ईवन जिहड़ा चीफ सैकटरी सी राकेश सिंह हुंदे सी उहनां नूं पता नहीं सी उन्होंने पता नहीं सी ये बंदा पहला काम कर रहा सीगा ते इन्होंने उहदी अपरूवल करवा ली बोर्ड दे विच बोर्ड नूं दस्से तो बगैर फिर वो कोर्ट दे विच केस होया दैन चीफ सैकटरी अपोलोजाइज फॉर दैट। अच्छा फिर मेरे तो ये गलती ना इन्होंने करा लिया ते इन्हां उहने ऑर्डर करता इन्हां नूं भी तुसीं इहनूं कढो बट दिस बीइंग द ऑर्डर ऑफ द दिस चीफ सैकटरीज ऑर्डर ही स्टिल डिड नॉट टेक एनी एक्शन अगेंस्ट प्रवीण कुमार प्रवीण कुमार कंटिन्यू करता रहा। अच्छा 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 ओहदे विच फिर वह प्रवीण कुमार नूं अल्टीमेटली साल डेढ़ साल दे विच तकरीबन कोई 25 करोड़ रुपया एफ आई आर च लिखा है बाकी कुछ होर पैसे भी वह लैके। मैं थोड़ी जिहा थोड़ी गल माफ करना डॉक्टर साहब रोकदा हैगा एक कंसल्टेंसी जिन्ना मर्जी वड्डे लैवल दा होवे इन्नी ह्यूज अमाउंट कित्थों दित्ती जा सकदी मान लो 2 लाख रुपया ला लो 3 लाख रुपया ला लो महीने का बहुता ही हैगा ते 4 लाख ला लो ये तो वाइस चांसलर दी कि किन्नियां तनखा उहदे तो उपर थोड़ी दे सकते हैगे तुसीं इन्ने पैसे। कंसल्टेंसी जे तुसीं देखोगे ते मैं पेपर है उहदा पेपर है मैं फिगर उहदा पाउंदी आ ना कापी मैनूं मिल गई सी ते इहदे विच उहनां ने पहली शुरुआत जो मैनूं दिखाई दित्ती आ उह 4/8/2012 नूं 80 लाख रुपया दित्ता स्टेट वे सिद्धा चेक 80 लाख 12 अक्टूबर नूं 3 करोड़ ते 64 लाख सो इस तरह फिगर ये तकरीबन मेरे को जो फिगर सीगियां वो 12वें साल 2012 दियां 7 करोड़ 53 लाख रुपया 2012 जो मैंने कटने तो बाद दसंबर तक 7 करोड़ 53 लाख दिता उन्हें। अच्छा 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 आप चलो इस तरह दियां बड़ियां रेगुलरिटी आई होनी फिर जिन्ना क मेरी नॉलेज है क्योंकि मैं तो आउटसाइडर हाँ ना ते ये फिर पंजाब विधानसभा विच भी मुद्दा एहो हो गया सी फिर वो अपने राजकुमार वेरका अपने जाखड़ साहब ते होरना ने भी ये मुद्दा उस वेले कीता सी एम आई करैक्ट। यस यस एक सुखजिंदर सीगा अपना के जिहड़े उदों बुलारे हुंदे सी कांग्रेस दे अजकल वो आप चले गए सी बाद दे विच उन्होंने सुखपाल सिंह खैरा हांजी खैरा साहब ने भी एक घंटा बोलिया ਇਹਦੇ ਵਿੱਚ ਵੈਸੇ ਮੁੱਦੇ ਤਿੰਨ ਹੈ ਮੁੱਦੇ ਸਰ ਤਿੰਨ ਸੀਗੇ ਇੱਕ ਤੇ ਇਹ ਪ੍ਰਵੀਨ ਕੁਮਾਰ ਦਾ ਮੁੱਦਾ ਸੀਗਾ ਅੱਛਾ
ਇੱਕ ਮੁੱਦਾ ਸੀ, ਇਹ ਮੁੱਦਾ ਇਹ ਸੀ ਵੀ ਇਹ ਇਲੀਗਲ ਐਜ਼ ਪਰ ਰੂਲ ਨਹੀਂ ਅਪਾਇੰਟਮੈਂਟ ਕੀਤੀ। ਹਾਂ ਇਹਨੂੰ ਨਹੀਂ ਕੀਤਾ। ਇੱਕ ਇਸ ਤੋਂ ਇਲਾਵਾ ਹੋਰ ਇੱਕ ਇੰਟਰਸਟਿੰਗ ਸੀ, ਇਹਨਾਂ ਨੇ ਕੁਛ ਬੰਦੇ ਜਿਹੜੇ ਸੀ ਉਹ ਉਂਜੀਬਲਾਈਜ਼ ਕਰਨ ਵਾਸਤੇ ਇਹਨਾਂ ਨੇ ਜਿਹੜੇ ਜਿਹੜੇ ਏਰੀਏ ਇਹ ਸਾਡੇ ਨਾ ਜ਼ੋਨ ਬਣੇ ਹੋਏ ਸੀਗੇ ਹਰ ਇੱਕ ਸਟੇਟਾਂ ਦੇ, ਉਹਨਾਂ ਜ਼ੋਨਾਂ ਨੂੰ ਇੱਕ ਆਰਸੀ ਦੇਖਦਾ ਸੀ। ਜਦੋਂ ਆਰਸੀ ਕੱਢੇ ਤੇ ਇਹਨਾਂ ਨੇ ਆਪਣੇ ਵੱਲੋਂ ਹੀ ਕੁਛ ਲੋਕਾਂ ਨੂੰ ਘਰੋਂ ਬੁਲਾ ਬੁਲਾ ਕੇ ਤੇ ਉੱਥੇ ਉਹਨਾਂ ਨੂੰ ਕੋਆਰਡੀਨੇਟਰ ਐਂਡ ਫੈਸਿਲੀਟੇਟਰ ਦਾ ਨਾਂ ਨਵਾਂ ਰੱਖ ਕੇ ਉਹਦੇ ਨਾਂ ਤੇ ਅਪੁਆਇੰਟ ਕਰਤਾ। ਉਹਨਾਂ ਦੀ ਸੈਲਰੀ ਜਿਹੜੀ ਸੀ, ਉਹਨਾਂ ਦੀ ਸੈਲਰੀ ਜਿਹੜੀ ਅਨਵਾਂਟਿਡ ਬੰਦੇ ਸੀ ਉਹਨਾਂ ਦੀ, ਇੱਕ ਬੰਦੇ ਦੀ ਸੈਲਰੀ ਇੱਕ ਮਹੀਨੇ ਦੀ 10.5 ਲੱਖ ਰੁਪਈਆ ਪਲੱਸ ਆਉਣ ਜਾਣ ਦਾ ਖਰਚਾ ਪਲੱਸ ਆਫਿਸ ਉਹਨਾਂ ਨੂੰ ਦਿੱਤੇ। ਇਵਨ ਕੈਬਨਿਟ ਸੈਕਟਰੀ ਦੀ ਇੰਡੀਆ ਵਾਲੇ ਦੀ ਕਿੰਨੀ ਸੈਲਰੀ, ਉਹਦੇ ਤੋਂ ਉੱਪਰ ਕਿੱਥੋਂ ਦਿੱਤੀ ਜਾ ਸਕਦੀ ਹੈ? ਇਹ ਸਰ ਦਿੱਤੀ, ਇਹਨੂੰ ਮੈਂ ਤੁਹਾਨੂੰ ਪਹਿਲਾਂ ਮੁੱਦੇ ਦੱਸਦਾ, ਇਹ ਦੋ ਮੁੱਦੇ ਇਹ ਸੀਗੇ। ਤੀਸਰਾ ਮੁੱਦਾ ਇਹਦੇ ਵਿੱਚ ਮਤਲਬ ਕੋਆਰਡੀਨੇਟਰ ਫੈਸਿਲੀਟੇਟਰ ਵੀ ਇਹਨਾਂ ਨੇ ਕੋਈ 6 ਪਹਿਲਾਂ ਰੱਖੇ, ਜਿਹੜਾ ਜਿਹਨਾਂ ਨੂੰ ਕੋਈ ਐਡਵਰਟੀਜ਼ਮੈਂਟ ਨਹੀਂ ਸੀ, ਕੁਛ ਨਹੀਂ ਸੀ। ਉਹਨਾਂ 'ਚ ਕੁਛ ਲੇਡੀਜ਼ ਸੀ ਜਿਹੜੀਆਂ ਘਰੋਂ ਕੰਮ ਕਰਦੀਆਂ ਸੀ, ਉਹਨਾਂ ਨੂੰ ਮਤਲਬ ਮੇਰਾ ਖਿਆਲ ਉਨੀਆਂ ਕੁਆਲੀਫਾਈਡ ਨਹੀਂ, ਈਵਨ ਉਹਨਾਂ ਦੇ ਪੈਨ ਨੰਬਰ ਵੀ ਨਹੀਂ ਸੀ ਹੈਗੇ। ਓਹੋ ਤੇ ਦੂਜਾ ਤੀਸਰਾ ਮੁੱਦਾ ਇਹ ਸੀਗੇ ਵੀ ਅਪਾਰਟਮੈਂਟਾਂ ਵਾਲਾ, ਅਪਾਰਟਮੈਂਟਾਂ ਦਾ ਇੱਕ ਬੜਾ ਇਸ਼ੂ ਸੀਗਾ। ਉਹ ਅਪਾਰਟਮੈਂਟਾਂ ਵੀ ਕਾਫੀ ਲਾਰਜ ਸਕੇਲ ਤੇ ਇਹਨਾਂ ਨੇ ਕੀਤੀਆਂ ਜਦੋਂ ਇਹਨਾਂ ਨੂੰ ਕੋਈ ਚੈੱਕ ਕਰਨ ਵਾਲਾ ਨਹੀਂ ਰਿਹਾ। ਅੱਛਾ, ਇਸ ਤਰ੍ਹਾਂ ਇਹ ਤਿੰਨ ਮੇਨ ਮੁੱਦੇ ਸੀ ਜਿਹਨਾਂ ਦੇ ਉੱਤੇ ਸਾਰੀ ਚੀਜ਼। ਫਿਰ ਚੌਥਾ ਪਾਵੈਂਟ ਸੀਗਾ ਜਿਹੜਾ ਇਰੈਗੂਲੇਟਰੀਜ਼, ਜਿਵੇਂ ਇਹਨਾਂ ਨੇ ਪੰਜਾਬ ਦੀ ਪੁਲਿਸ ਨੂੰ ਪਰਚਾ ਕਰਾਉਣ ਵਾਸਤੇ ਜਿੱਦਣ ਪਰਚੇ ਕਰਾਉਣੇ ਸ਼ੁਰੂ ਕੀਤੇ, ਉਸ ਤੋਂ ਪਹਿਲਾਂ ਪੰਜਾਬ ਪੁਲਿਸ ਲਾਈਨ ਦੇ ਵਿੱਚ ਜਿਹੜੀ ਕਪੂਰਥਲਾ ਹੈ ਉੱਥੇ ਇਹਨਾਂ ਨੂੰ ਸੋਸ਼ਲ ਸਰਵਿਸ ਦੇ ਨਾਂ 'ਤੇ ਲਾਈਟਾਂ ਲਵਾ ਦਿੱਤੀਆਂ, 5-6 ਲੱਖ ਦੀਆਂ ਸੀਰੀਅਸ ਵੀ ਆ। ਬਟ ਮੈਨੂੰ ਜੋ ਕਾਗਜ਼ਾਂ 'ਚ ਦਿਖਾਈ ਦਿੱਤਾ, ਇਹ 4 ਮੇਨ ਮੁੱਦੇ ਸੀਗੇ। ਇੱਕ ਪੰਜਵਾਂ ਮੁੱਦਾ ਮੇਰੇ ਵਾਲਾ ਸੀ ਵੀ ਮੈਨੂੰ ਸਸਪੈਂਡ ਕਿਵੇਂ ਕਰਤਾ ਜਦੋਂ ਉਹਦੇ ਪਾਵਰਾਂ ਨਹੀਂ ਸੀਗੀਆਂ। ਉਹਦੇ ਵਿੱਚ ਜੇ ਮੈਨੂੰ ਇਲੀਗਲੀ ਸਸਪੈਂਡ ਕੀਤਾ ਸੀ ਤੇ ਉਹਦੇ ਵਿੱਚ ਇਹਨਾਂ ਨੇ ਮੈਨੂੰ ਮੇਰਾ ਕੇਸ ਡਿਫੈਂਡ ਕਰਨ ਵਾਸਤੇ 4-5 ਵਕੀਲ ਹਾਇਰ ਕੀਤੇ, ਜਿਹਨਾਂ ਦੇ ਵਿੱਚ ਇੱਕ ਆਤਮਾ ਰਾਮ ਸੀ ਜਿਹਨੂੰ ਇੱਕ ਕੇਸ ਦਾ 6 ਲੱਖ ਰੁਪਇਆ ਦਿੰਦੇ ਸੀਗੇ। ਤਕਰੀਬਨ ਇਹਦੇ ਵਿੱਚ ਜੋ ਐਫ ਆਈ ਆਰ 'ਤੇ ਲਿਖਿਆ ਕੋਈ 26 ਲੱਖ ਰੁਪਇਆ ਇਹਨਾਂ ਨੇ ਮੈਨੂੰ ਬਾਹਰ ਕੱਢਣ ਤੋਂ ਉੱਤੇ ਲਾਇਆ। ਲੀਡਰ ਸੀ ਕਾਂਗਰਸ ਦੇ, ਉਹਨਾਂ ਨੇ ਐਫੀਡੈਵਿਟ ਗਵਰਨਰ ਸਾਹਿਬ ਨੂੰ ਦਿੱਤੇ ਹੈਗੇ, ਫਿਰ ਸ਼ਾਇਦ ਇਹ ਇਨਕੁਆਇਰੀ ਸ਼ੁਰੂ ਹੋਈ। ਇਹ ਸਹੀ ਹੈ ਮੇਰੀ ਸਟੇਟਮੈਂਟ? ਬਿਲਕੁਲ ਸਹੀ ਹੈ ਤੁਹਾਡੇ, ਜਿਹੜੀ ਗੱਲ ਤੁਸੀਂ ਸ਼ੁਰੂ ਪਹਿਲਾਂ ਕੀਤੀ ਸੀ ਮੇਰੇ ਵਿੱਚ ਆਉਣ ਤੋਂ, ਉਹ ਇਹ ਸੀ ਵੀ ਅਸੈਂਬਲੀ ਦੇ ਵਿੱਚ ਜਦੋਂ ਸੁਖਜਿੰਦਰ ਨੇ ਇਹਨੇ ਕੀਤਾ, 3-4 ਲੋਕਾਂ ਨੇ ਉੱਥੇ ਅਸੈਂਬਲੀ 'ਚ ਕਾਫੀ ਰੌਲਾ ਪਾਇਆ, ਤੇ ਉਹ ਰੌਲਾ ਪਾਉਣ ਤੋਂ ਬਾਅਦ ਇਹ ਕੋਈ ਜ਼ਿਆਦਾ ਇਸ਼ੂ ਉੱਥੇ ਨਹੀਂ ਹੋਇਆ ਰਿਜ਼ੋਲਵ। ਫਿਰ ਇੱਥੇ ਇੱਕ ਫਗਵਾੜੇ ਉਦੋਂ ਕਾਂਗਰਸ ਦੇ ਪ੍ਰੈਜੀਡੈਂਟ ਸੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਸ਼ਾਇਦ ਮੈਨੂੰ ਚੇਤਾ ਹੋਵੇ, ਤੇ ਉਹ ਪ੍ਰਤਾਪ ਸਿੰਘ ਬਾਜਵਾ ਸੀ ਸ਼ਾਇਦ ਉਦੋਂ। ਚਿੱਠੀ ਲਿਖੀ ਗਵਰਨਰ ਸਾਹਿਬ ਨੂੰ ਵੀ ਇੱਥੇ ਬਹੁਤ ਇਰੈਗੂਲਰਿਟੀ ਹੋ ਰਹੀ ਹੈ, ਯੂ ਆਰ ਦੇ ਗਵਰਨਰ ਔਰ ਚਾਂਸਲਰ ਆਫ ਦਿਸ ਯੂਨੀਵਰਸਿਟੀ, ਵੀ ਇਹਨੂੰ ਟੇਕ ਕੇਅਰ ਕਰੋ। ਫਿਰ ਉਹਨਾਂ ਨੇ ਉਹਨਾਂ ਨੂੰ ਸ਼ਾਇਦ ਜਵਾਬ ਦਿੱਤਾ ਵੀ ਉਹਨਾਂ ਨੇ ਸਾਡੇ ਕੋਲੋਂ ਇਨ ਰਿਸਪੋਂਸ ਉਹਨਾਂ ਨੇ ਉਹਨਾਂ ਕੋਲੋਂ ਕਿਹਾ ਵੀ ਜੋ ਵੀ ਇਰੈਗੂਲਰਿਟੀ ਦਾ ਉਹਨਾਂ ਦੇ ਐਫੀਡੈਵਿਟ ਦਿਓ। ਯੂਨੀਵਰਸਿਟੀ ਦੇ ਬੰਦਿਆਂ ਨੂੰ ਕਿਹਾ ਵੀ ਜਿਹੜਾ ਜਿਹਨੇ ਤੁਹਾਨੂੰ ਨੋਟਸ ਹੈਗੀਆਂ ਉਹ ਤੁਸੀਂ ਦਿਓ ਆਪਣੀਆਂ ਐਫੀਡੈਵਿਟਸ। ਫਿਰ ਮੈਂ ਉਹਦੇ 2 ਐਫੀਡੈਵਿਟ ਦਿੱਤੇ, ਇੱਕ ਤੇ ਮੁੱਦਾ ਜਿਹੜਾ ਪ੍ਰਵੀਨ ਕੁਮਾਰ ਵਾਲਾ ਸੀ ਮੇਰੇ ਨੋਟਸ ਸੀਗਾ, ਉਹਦਾ ਮੈਂ ਬਕਾਇਦਾ ਦਿੱਤਾ,
उस तो अलावा फिर बहुत सारे होर लोगों ने सत वैसे एफीडेविट सत गए सी उस समय। अच्छा कुछ होर लोकी भी जेड़े इस दी नॉलेज रखते होंगे उन्होंने भी दिते हैं। उन्होंने ते सात एफीडेविट गवर्नर साहब को गए ये जुलाई महीने दे विच जुलाई 2013 च। अच्छा जुलाई 2013 दे विच जदों फिर उन्होंने वो एफीडेविट फॉरवर्ड किए तो उन्होंने बेस से फिर इन्होंने चीफ मिनिस्टर नूं लिखा भी इनक्वायरी कराई जाए। अच्छा पर वो फिर क्योंकि गवर्नमेंट तुहानूं पता है उदों इन्हां दी सीगी6 महीने विदाउट गिविंग मी एनी अपॉर्चुनिटी। बहुत माड़ी गल है। अच्छा मैं फाइट किया, मैं इन्हां दे प्लेटफॉर्म ते पॉलिटिकल पार्टियां दे प्लेटफॉर्म ते भी गया। बादल साहब उदों चीफ मिनिस्टर सी, उन्हां नूं भी मिलिया, साडे चेयरमैन सीगे। उन्हां नूं बादल साहब नूं सारे फैक्ट्स दसे, तुसीं सारे फैक्ट दसे ते अल्टीमेटली फिर यह होया भी ये गल चलती रही। फिर मैं गवर्नर साहब नूं फिर रिमाइंड एक दो बारी करवाया, टाइम लैके तुहानूं पता कितना मुश्किल है उत्थे लैणा। जनवरी गवर्नर साहब के बिहाफ से गवर्नमेंट नई चिट्ठी लिखी भी इनक्वायरी जाए जो भी करा गवर्नमेंट के लेवल करके एक्शन मैं दसा जाए दस इथो शुरुआत हुई इस केस की। अच्छा अच्छा हाँ जी इन द मीन वाइल काफ़ी सारिया कंप्लेट्स होर भी कट्ठिया हुई फिर ये फॉलोअप सीएम साहब ने एक साढ़े सैकटरी लिखा भी यदि उदो सा वाइस चांसलर नहीं होंगे, साढ़ा वाइस चांसलर का चार्ज से आर के वर्मा जी को राकेश कुमार वर्मा को भी रहा। हाँ थोड़ी देर रहा है अपने अपने बिहाफ से यदि इनकुआरी कराओ, एक महीने से नोट्स दो, पर कई सारे रिमाइंडर आते रहे कभी होया नहीं। फिर ये अल्टीमेटली चलता चलता 15 दे विच मेरा भी केस थ्रू हो गया क्योंकि मैं बादल साहब नूं मिलिया, एक्सटेंशन हुई नहीं इन्हां दी, ते बादल साहब ने चीफ सैकटरी नाल भी मेरे सामने डिस्कस किया भी इस नूं, मैं उन्हां नूं आख्या जी मैनू कोई बेनीफिट नहीं, मैनू तो इहदा जस्टिस चाहिए। तो बादल साहब ने फिर साढ़े चीफ सैकटरी साहब नूं कहा भी तुसीं इहदी इनवैसटीगेशन जो भी है प्रोसीजर इहदा देख के इहदी इनवैसटीगेशन करो। और फिर मैनू दसंबर दे विच इन्हां ने बहाल करता। अच्छा, 2015 नहीं हो पाई पर वो फिर गवर्नमेंट चेंज हो गई। गवर्नमेंट दे विच जिहड़ी क्योंकि इन्हां दी गवर्नमेंट कांग्रेस गवर्नमेंट तो ही बुलारे बोलते, कांग्रेस के एमएलए वगैरह ही बोलते रहे उस जमाने च। हाँ जी 17 जदों कांग्रेस की गवर्नमेंट आई तो यह साढ़े जो चार्ज से वह कान सिंह पन्नू जी को आ गया मई के चांसलर। हाँ जी हाँ जी वो कान सिंह पन्नू जी को फिर कि फाइल पुटअप हुई, साढ़े बोर्ड च केस चलता से भी इदियाँ कंसोलीडेट करके दसो भी किनिया इरेगुलरिटीज है ये है वो है, वो कि उन्होंने को फाइल आई तो उन्होंने कहा भी इनकुआरी अफसर ला दो एस रिटायर्ड IAS अफसर। अच्छा ढिलों साहब इन्होंने IAS अफसर रिटायर्ड है SS ढिलों, उन्होंने इन्होंने इनकुआरी अफसर लाया, उन्होंने 2 महीने लगाए। अच्छा 2 महीने लगा के उन्होंने सारी फैक्ट फाइंडिंग मतलब इनकुआरी प्रॉपरली करके तो इन्होंने रिपोर्ट सबमिट करती गवर्नमेंट ने। अच्छा जी वो रिपोर्ट के फिर अल्टीमेटली कई जो कंप्लेंट्स जो बोगस वैसे कीतियां निकल गई तो ये जो चार
ਤੁਹਾਨੂੰ ਦੱਸਿਆ ਸੀ ਜਿਹੜੇ ਉਹਨਾਂ ਨੂੰ ਬਿਲਕੁਲ ਜਿਹਨਾਂ ਦੇ ਡਾਕੂਮੈਂਟਰੀ ਪ੍ਰੂਫਸ ਡਾਕੂਮੈਂਟਰੀ ਐਵੀਡੈਂਸਸ ਹੋਣਗੇ ਹਾਂਜੀ 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 ਉਹਨਾਂ ਨੇ ਫਿਰ ਕਾਫੀ ਵੱਡੀ ਦੀ ਬਣਾ ਕੇ ਰਿਪੋਰਟ ਤੇ ਭੇਜਤੀ ਦਿੱਤੀ ਫਿਰ ਉਹ ਜਿਹੜੀ ਸੀ ਉਹ ਪ੍ਰੋਸੈਸ ਹੁੰਦੀ ਹੁੰਦੀ ਉਹਦੇ ਵਿੱਚ ਜਦੋਂ ਫਾਈਨੈਂਸ਼ੀਅਲ ਇਰੈਗੂਲਰਿਟੀਜ਼ ਇੰਨੀਆਂ ਵੱਡੀਆਂ ਦੇਖੀਆਂ ਗਈਆਂ ਤੇ ਮੰਤਰੀ ਗਈ ਜਦੋਂ ਫਾਦਰ ਚਰਨਜੀਤ ਸਿੰਘ ਜੀ ਚੰਨੀ ਕੋਲ ਤੇ ਉਹਨਾਂ ਨੂੰ ਉਹਨਾਂ ਨੇ ਉਹਦੇ ਤੇ ਸੂਓ ਮੋਟੋ ਕਿਹਾ ਵੀ ਨਹੀਂ ਇਹਦੀ ਹੋਰ ਫਰਦਰ ਇਨਕੁਆਇਰੀ ਦੀ ਪਹਿਲਾਂ ਇੱਥੇ ਐਫ ਆਈ ਆਰ ਕੀਤੀ ਜਾਵੇ ਅੱਛਾ 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 ਉਹ ਫਿਰ ਕੀ ਹੋਇਆ ਵੀ ਇਹਦੇ ਵਿੱਚ ਉਹ ਐਫ ਆਈ ਆਰ ਵਾਸਤੇ ਸੀ ਐਮ ਸਾਹਿਬ ਕੋਲ ਗਈ ਤੇ ਸੀ ਐਮ ਸਾਹਿਬ ਕੋਲੋਂ ਜੋ ਇਹ ਨਿਊਜ਼ ਪੇਪਰ ਚੋਂ ਹੀ ਟ੍ਰਿਬਿਊਨ ਨਿਊਜ਼ ਪੇਪਰ 'ਚ ਨਿਊਜ਼ ਵੀ ਲੱਗੀ ਸੀ ਇਹਦੀ ਵੀ ਉਹਨੇ ਚੰਨੀ ਸਾਹਿਬ ਰਿਕਮੈਂਡ ਕਰਕੇ ਤੇ ਉਹਨਾਂ ਨੂੰ ਭੇਜਤੀ ਤੇ ਉੱਥੋਂ ਫਿਰ ਇਹ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਜਨਵਰੀ 4 ਨੂੰ ਇਹਦਾ ਪਰਚਾ ਹੋਇਆ ਤੇ 8 ਨੂੰ ਇਹਨੂੰ ਪਕੜਿਆ ਗਿਆ ਹਾਂਜੀ ਫਿਰ ਵਿਜੀਲੈਂਸ ਬਿਊਰੋ ਨੂੰ ਸਟੇਟ ਵਿਜੀਲੈਂਸ ਬਿਊਰੋ ਨੂੰ ਕਦੋਂ ਹੈਂਡ ਓਵਰ ਹੋਇਆ ਇਹ ਕੇਸ ਸਾਰਾ ਇਹ ਕੇਸ ਤੇ ਜਦੋਂ ਇਹਦਾ ਉੱਥੋਂ ਜਦੋਂ ਚੰਨੀ ਜੀ ਕੋਲੋਂ ਫਾਈਲ ਗਈ ਤੇ ਸੀ ਐਮ ਸਾਹਿਬ ਕੋਲੋਂ ਸਿੱਧੀ ਜਿਹੜੀ ਸੀ ਉਹ ਫਾਈਲ ਉੱਥੋਂ ਹੋ ਕੇ ਪਰਚਾ ਦਰਜ ਕਰਨ ਵਾਸਤੇ ਸਿੱਧੀ ਉਹਨਾਂ ਕੋਲ ਹੀ ਆਈ ਵਿਜੀਲੈਂਸ ਬਿਊਰੋ ਕੋਲ ਹਾਂਜੀ ਹਾਂਜੀ ਵਿਜੀਲੈਂਸ ਬਿਊਰੋ ਨੇ ਹੀ ਡਰਾਫਟ ਕਰਕੇ ਤੇ ਇਹਦੀ ਜਿਹੜੀ ਆ ਉਹ ਬਣਾਈ ਐਫ ਆਈ ਆਰ ਤੇ ਉਦੋਂ ਸੈਕਟਰੀ ਸੀਗੇ ਸੈਕਟਰੀ ਮੈਨੂੰ ਨਾਂ ਨੀ ਚੇਤੇ ਮੈਂ ਉਹਨਾਂ ਨੂੰ ਵੀ ਮਿਲਦਾ ਰਿਹਾ ਵਿਜੀਲੈਂਸ ਤੇ ਉਹ ਉਹਨਾਂ ਕੋਲ ਵੀ ਫਾਈਲ ਜਾਂਦੀ ਰਹੀ ਉਹਨਾਂ ਨੇ ਅਪਰੂਵ ਕਰਕੇ ਡਰਾਫਟ ਹਾਂਜੀ ਅੱਛਾ ਅੱਛਾ ਚਲੋ ਪਹਿਲਾਂ ਤੁਹਾਡਾ ਜਿਹੜਾ 2-3 ਸਾਲ ਦਾ ਤੁਹਾਡਾ ਗੈਪ ਆਇਆ ਸੀ ਤੁਹਾਨੂੰ ਪੈਸੇ ਵੈਸੇ ਤੁਹਾਡੀ ਸੈਲਰੀ ਮਿਲ ਗਈ ਸੀ ਸਾਰੀ ਜਦੋਂ ਮੈਨੂੰ ਇਹਨਾਂ ਨੇ ਜਿਹੜਾ ਲਾਸਟ ਡਿਸੀਜਨ ਹੋਇਆ ਪਹਿਲਾਂ ਨੇ ਇਹਨਾਂ ਨੇ ਮੈਨੂੰ 15 ਦੇ ਵਿੱਚ ਪਹਿਲਾਂ ਮੈਨੂੰ ਟਰਮੀਨੇਸ਼ਨ ਤੋਂ ਸਸਪੈਂਸ਼ਨ ਤੇ ਲਿਆਂਦਾ ਕਿਉਂਕਿ ਉਹਨਾਂ ਦਾ ਮੁੱਦਾ ਇਹ ਸੀ ਵੀ ਹੀ ਵਾਜ ਨੈਵਰ ਆਥੋਰਾਈਜ਼ਡ ਟੂ ਟਰਮੀਨੇਟ ਮੀ ਅੱਛਾ ਅੱਛਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਇਹ ਇਹ ਕਿਹਾ ਵੀ ਇਹਦੀ ਚਲੋ ਐਨੀਵੇ ਚਾਰਜਸ਼ੀਟ ਹੋ ਗਈ ਚਾਰਜਸ਼ੀਟ ਇਵੈਲੂਏਟ ਕਰਨ ਵਾਸਤੇ ਉਹਨਾਂ ਨੇ ਆਖਿਆ ਵੀ ਜਿਹੜੇ ਚਾਰਜ ਇਹਦੇ ਤੇ ਫਰੇਮ ਹੋਏ ਆ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰੋ ਫਿਰ ਇਹਦਾ ਫਾਈਨਲ ਡਿਸੀਜਨ ਕਰਾਂਗੇ ਅਨਫੋਰਚੁਨੇਟਲੀ ਸੀ ਜਿਹੜੇ 6 ਚਾਰਜ ਜਿਹੜੇ ਤੁਹਾਨੂੰ ਮੈਂ ਚਾਰਜ ਦੱਸ ਰਿਹਾ ਸੀ 5-6 ਉਹਨਾਂ ਦੇ ਵਿੱਚੋਂ 4 ਚਾਰਜ ਮੇਰੀ ਐਬਸੈਂਸ ਤੋਂ ਬਗੈਰ ਹੀ ਉਹਨੇ ਇਨਕੁਆਇਰੀ ਅਫਸਰ ਨੇ ਡ੍ਰੌਪ ਕਰਤੇ ਸੀ ਕਨਸੀਕੁਐਂਸ਼ੀਅਲ ਬੈਨੀਫਿਟ ਵੀ ਦਿੱਤੇ ਗਏ ਮੈਨੂੰ ਜਿੰਨਾ ਮੇਰਾ ਸਰਵਿਸ ਪੀਰੀਅਡ ਸੀ ਔਨ ਡਿਊਟੀ ਟ੍ਰੀਟ ਕੀਤਾ ਗਿਆ ਦੇ ਹੈਵ ਗਿਵਨ ਇਨ ਰਾਈਟਿੰਗ ਅੱਛਾ ਇਹ ਹੁਣ ਜਿਹੜੀ ਅੱਜ ਦੀ ਨਿਊਜ਼ ਆ ਵਿਜੀਲੈਂਸ ਬਿਊਰੋ ਨੇ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਇਹ ਹੈਗਾ ਵਿਜੀਲੈਂਸ ਬਿਊਰੋ ਨੇ ਕਿਹਾ ਇਹਦੇ ਵਿੱਚ ਕੁਛ ਨਹੀਂ ਹੈਗਾ ਅਸੀਂ ਇਹਨੂੰ ਕਲੋਜ਼ਰ ਰਿਪੋਰਟ ਇਹ ਇਹ ਕਿਉਂ ਵਿਜੀਲੈਂਸ ਬਿਊਰੋ ਨੇ ਜਦ ਦੇ ਹਿਸਾਬ ਨਾਲ ਪ੍ਰਾਈਮਰੀ ਫੇਸਿਸ ਤੁਸੀਂ ਉਹ ਚ 42 ਕਰੋੜ ਦਾ ਲਿਖਿਆ ਹੈਗਾ ਪੇਪਰਾਂ ਵਿੱਚ ਇਹ ਇਹਨਾਂ ਦੀ ਕੀ ਲੌਜਿਕ ਹੈਗਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈਗਾ ਇਹਦੇ ਚ ਭਾਈ ਤੁਸੀਂ ਬਹੁਤ ਦੇਰ ਤੋਂ ਇਸ ਪੱਤਰਕਾਰੀ ਨਾਲ ਜੁੜੇ ਹੋਏ ਹੋ ਕਿਸ ਤਰ੍ਹਾਂ ਡਿਸੀਜਨ ਹੁੰਦੇ ਆ ਉਹ ਤੁਹਾਨੂੰ ਮੇਰੇ ਤੋਂ ਬਿਹਤਰ ਪਤਾ ਹੈ ਅਸੀਂ ਤੇ ਪੜ੍ਹਾਈ ਲਿਖਾਈ ਟੀਚਰ ਜਾਂ ਮਾੜੇ ਮੋਟੇ ਐਡਮਿਨਿਸਟ੍ਰੇਟਰ ਰਹੇ ਯੂਨੀਵਰਸਿਟੀਆਂ ਚ ਸੋ ਜੇ ਤੁਸੀਂ ਪਰਚਾ ਕਿਸੇ ਤੇ ਕਰ ਲਿਆ ਉਹ ਬੰਦਾ ਫੜ ਕੇ 84 ਦਿਨ ਉਹਦੀ ਅੰਦਰ ਰੱਖਿਆ ਗਿਆ ਉਹਦੀ ਸੈਸ਼ਨ ਕੋਰਟ ਦੇ ਵਿੱਚ ਉਹਦੀ ਬੇਲ ਨਹੀਂ ਹੋਈ ਹਾਈ ਕੋਰਟ ਦੇ ਵਿੱਚ ਵੀ ਜਦੋਂ ਹਾਈ ਕੋਰਟ ਚ ਬੇਲ ਗਈ ਤੇ ਜੱਜ ਵਾਜ਼ ਨੋਟ ਈਵਨ ਇਨਕਲਾਈਨ ਟੂ ਗਿਵ ਹਿਮ ਬੇਲ ਪਰ ਸਟੇਟ ਗੌਰਮੈਂਟ ਉੱਥੇ ਸਟੇਟ ਗੌਰਮੈਂਟ ਦੇ ਜਿਹੜੇ ਜਿਹੜੇ ਐਡਵੋਕੇਟ ਸੀ ਉਹਨਾਂ ਨੇ ਆਖਿਆ ਵੀ ਸਾਨੂੰ ਫਰਦਰ ਇਹਦੇ ਚ ਨਹੀਂ ਚਾਹੀਦਾ ਤਾਂ ਇਹ ਛੁੱਟਿਆ ਨਹੀਂ ਤੇ ਅਦਰਵਾਈਜ਼ ਤੇ ਸੁਪਰੀਮ ਕੋਰਟ ਜਾਣਾ ਸੀ ਇਹਨੇ ਤੇ ਇਹ ਉਸ ਸਿਚੁਏਸ਼ਨ 'ਚ ਮੈਨੂੰ ਉਦੋਂ ਲੱਗ ਰਿਹਾ ਸੀ ਉਦੋਂ ਮੈਂ ਉੱਥੇ ਐਜ਼ ਏ ਕੰਪਲੇਨੈਂਟ ਮੈਨੂੰ ਵੀ ਉਹਨਾਂ ਨੇ ਪਾਰਟੀ ਪਲੀਡ ਕੀਤਾ ਸੀਗਾ ਹਾਈ ਕੋਰਟ ਦੇ ਵਿੱਚ ਮੈਂ ਹਾਈ ਕੋਰਟ 'ਚ ਆਪਣੀ ਥਿਊਰੀ ਆ ਮੰਨ ਲਓ ਇਸ ਤਰ੍ਹਾਂ ਦਾ ਕੋਈ ਹੋਰ ਇੰਸਟੀਟਿਊਸ਼ਨ ਵਿੱਚ ਇੱਦਾਂ ਦਾ ਕੇਸ ਹੋਏਗਾ ਜੇ ਇਹਦੇ ਤੇ ਕੋਈ ਕੰਕਰੀਟ ਐਕਸ਼ਨ ਨਹੀਂ ਹੁੰਦਾ
ਇਹ ਤਾਂ ਜਿਹੜੇ ਜਿਨ੍ਹਾਂ ਨੇ ਗਲਤ ਕੰਮ ਕਰਨੇ ਉਹਨਾਂ ਦੇ ਤਾਂ ਹੌਸਲੇ ਬੜੇ ਵਿਤਾਉਂਦੇ 42 ਕਰੋੜ ਤੋਂ ਕਰਕੇ ਇਹ ਤਾਂ ਫਿਰ ਅਰਬਾਂ ਵਿੱਚ ਪਹੁੰਚ ਜਾਏਗੀ ਅਮਾਉਂਟ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ 42 ਕਰੋੜ ਤੇ ਸਰ ਇਹ ਵਿਦਆਊਟ ਇੱਕ ਇਹ ਤੇ ਇੱਕ ਬੜੀ ਛੋਟੀ ਜਿਹੀ ਇਨਵੈਸਟੀਗੇਸ਼ਨ ਕੀਤੀ ਗਈ ਜਿਹੜੀ ਕਿ ਡੀਪ ਇਨਵੈਸਟੀਗੇਸ਼ਨ ਜੇ ਹੁੰਦੀ ਤੇ ਇਹ 100 ਕਰੋੜ ਤੋਂ ਉੱਪਰ ਸੀਗਾ सिर्फ ਉਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਹੈ ਜਿਹੜੀਆਂ ਕੰਪਲੇਂਟ ਤੋਂ ਬਾਹਰ ਸੀਗਾ ਉਹ ਤੇ ਇਨਵੈਸਟੀਗੇਟ ਨਹੀਂ ਹੋਇਆ ਸਮਝੇ ਸਮਝੇ ਸੋ ਜੇ ਪੂਰੀਆਂ ਇਹਦਾ ਸਿਸਟਮ ਜਿਹੜਾ ਉਹਨਾਂ ਖਰਾਬ ਹੋਇਆ ਉਹਨਾਂ ਦਿਨਾਂ ਚ ਜੇ ਉਹਨੂੰ ਪੂਰਾ ਇਨਵੈਸਟੀਗੇਟ ਕੀਤਾ ਜਾਂਦਾ ਤੇ 100 ਕਰੋੜ ਬਾਅਦ ਮਾਈਨਰ ਥਿੰਗ ਮੇਰੇ ਖਿਆਲ ਮੰਨ ਲਓ ਇਹ ਕੋਰਟ ਵਿੱਚ ਐਕਸੈਪਟ ਵੀ ਕਰ ਲੈਂਦੀ ਵਿਜੀਲੈਂਸ ਬਿਊਰੋ ਦੀ ਪਰ ਉਹ ਕੋਰਟਸਾਂ ਜਿਹੜੀਆਂ ਹਾਈ ਕੋਰਟ ਜਾਂ ਸੁਪਰੀਮ ਕੋਰਟ PIL ਜਾਂ ਹੋਰ ਰਿਟ ਪਟੀਸ਼ਨ ਲਈ ਤਾਂ ਹਮੇਸ਼ਾ ਫਿਰ ਓਪਨ ਆ ਫਿਰ ਜਿਹੜੇ ਜਿਨ੍ਹਾਂ ਕੋਲ ਇਹ ਵੀ ਅਗਲਾ ਪ੍ਰੋਸੀਜਰ ਅਡੋਪਟ ਹੋ ਸਕਦਾ ਹਾਂਜੀ ਹਾਂਜੀ ਇਹਦੇ ਵਿੱਚ ਤੁਸੀਂ ਮੈਂ ਵੀ ਅੱਜ ਨਿਊਜ਼ ਪੜ੍ਹੀ ਹੈ ਅਤੇ ਮੈਨੂੰ ਐਕਚੁਲੀ ਇਹਦੀ ਕਲੋਜ਼ਰ ਰਿਪੋਰਟ ਦਾ ਮੈਨੂੰ ਪਤਾ ਹੀ ਬਹੁਤ ਲੇਟ ਲੱਗਾ ਅੱਛਾ ਇੰਡੀਅਨ ਐਕਸਪ੍ਰੈਸ ਉਹਨਾਂ ਨੇ ਥੱਲੇ ਲਿਖਿਆ ਵੀ ਕਿਸੇ ਨੇ ਹਾਈ ਕੋਰਟ ਚ ਆਲਰੇਡੀ ਗਿਆ ਹੋਇਆ ਕੋਈ ਬੰਦਾ ਅੱਛਾ ਆਲਰੇਡੀ ਹਾਈ ਕੋਰਟ ਚ ਕਿਸੇ ਨੇ ਰਿਟ ਪਾਈ ਹੋਈ ਪਤਾ ਨੀ ਉਹਦਾ ਮੁੱਦਾ ਕੀ ਹੈ ਬਟ ਉਹ ਸੰਬੜੀ ਇਜ਼ ਦੇਅਰ ਪ੍ਰੋਸੈਸ ਸ਼ੁਰੂ ਹੋਇਆ ਅਗੇਨ ਇਨਕੁਆਰੀ ਦਾ ਜਿਹੜਾ ਮਾੜਾ ਮੋਟਾ ਲਿਪਾ ਪੁੱਛੀ ਹੋਈ ਉਹ June 2020 ਚ ਆ ਕੇ ਸ਼ੁਰੂ ਹੋਈ ਮਤਲਬ ਕੁਛ ਹੋਇਆ ਨੀ ਮਤਲਬ ਰਿਪੋਰਟ ਦੇ ਮੁਤਾਬਕ ਕੁਛ ਨੀ ਹੋਇਆ ਨਾ ਇਹਨਾਂ ਨੇ ਉਹ ਕਿਸੇ ਬੰਦੇ ਦੀ ਜਿਹੜਾ ਬੰਦਾ ਅੱਜ ਅਜੀਤ ਪੜੋਗੇ ਤੇ ਉਹ ਚ ਲਿਖਿਆ ਹੋਇਆ ਵੀ ਜਿਹੜਾ ਬੰਦਾ ਮੇਨ ਕਲਪਰੇਟ ਹੈ ਰੋੜੇ ਤੋਂ ਇਲਾਵਾ ਜਿਹੜਾ ਪ੍ਰਵੀਨ ਕੁਮਾਰ ਉਹਨੂੰ ਤੇ ਕਦੀ ਬੁਲਾਇਆ ਨੀ ਇਹਨਾਂ ਨੇ ਉਹਨੂੰ ਬੁਲਾਇਆ ਨੀ ਉਹਨੂੰ ਬੁਲਾਇਆ ਹੀ ਨੀ ਹੈ ਜਿਹੜੇ ਬੰਦੇ 10-10 ਲੱਖ ਦੀ ਨੌਕਰੀ ਕਰਕੇ ਚਲੇ ਗਏ ਬਗੈਰ ਅਪਰੂਵਲ ਦੇ ਉਹਨਾਂ ਚੋਂ ਕਿਸੇ ਨੂੰ ਨੀ ਬੁਲਾਇਆ ਗਿਆ ਮੈਨੂੰ ਨੀ ਲੱਗ ਰਿਹਾ ਵੀ ਇਹਦੇ ਵਿੱਚ ਕੋਈ ਇੰਨੀ ਫੇਅਰਨੈਸ ਹੈ ਰਿਪੋਰਟ ਦੇ ਵਿੱਚ ਬਾਕੀ ਕਿਉਂਕਿ ਮੈਂ ਐਫੀਡੈਵਿਟ ਦਿੱਤੇ ਆ ਉਹਨਾਂ ਤੇ ਮੈਂ ਅੱਜ ਵੀ ਸਟੈਂਡ ਬਾਈ ਉਹਨਾਂ ਤੇ ਸਟੈਂਡ ਕਰ ਮੈਂ ਸਟੈਂਡ ਬਾਈ ਚਲੋ ਅਖੀਰ ਵਿੱਚ ਇੱਕ ਗੱਲ ਮੈਨੂੰ ਦੱਸੋ ਮੰਨ ਲਓ ਸਾਡੇ ਸਿਸਟਮ ਵਿੱਚ ਤੁਹਾਨੂੰ ਪਤਾ ਚੰਗੇ ਵੀ ਸਿਸਟਮ ਮਾੜੇ ਵੀ ਹੈਗੇ ਆ ਮੰਨ ਲਓ ਕਿਸੇ ਬੰਦੇ ਨੂੰ ਇਹ ਲੱਗਦਾ ਵੀ ਇੱਥੇ ਉਹ ਆਊਟ ਆਫ ਰੂਲ ਕੰਮ ਹੋ ਰਿਹਾ ਜਾਂ ਗਲਤ ਕੰਮ ਹੋ ਰਿਹਾ ਅਜੇ ਵੀ ਲੋਕੀ ਖੜੇ ਹੋਣੇ ਲਈ ਤਿਆਰ ਹੁੰਦੇ ਹੈਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜਿੱਥੇ ਜਿਨ੍ਹਾਂ ਨੇ ਸਿਸਟਮ ਖਿਲਾਫ ਲੜਨਾ ਹੈਗਾ ਉਹਨਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਜਾਂਦੇ ਜਾਂਦੇ ਭਾਈ ਸਿਸਟਮ ਦੇ ਬਾਰੇ ਇਹ ਹੈ ਵੀ ਜਦੋਂ ਤੁਸੀਂ ਸਿਸਟਮ ਦੇ ਬਾਰੇ ਮੈਂ ਸਿਸਟਮ ਨੂੰ ਬੜਾ ਐਜੂਕੇਸ਼ਨ 'ਚ ਮੈਂ ਤਕਰੀਬਨ 24 ਸਾਲ ਦਾ ਸੀ ਜਦੋਂ ਦਾ ਮੈਂ ਯੂਨੀਵਰਸਿਟੀ ਦੀ ਟੀਚਿੰਗ 'ਚ ਆਇਆ ਮੇਰੇ ਖਿਆਲ ਬਹੁਤ ਯੰਗ ਏਜ 'ਚ ਆ ਗਿਆ ਸੀ ਮੈਂ ਯੂਨੀਵਰਸਿਟੀ ਦੇ ਵਿੱਚ ਮੈਂ ਗੰਡੂਟਾ ਦਾ ਮੈਂਬਰ ਵੀ ਰਿਹਾ ਕਾਫੀ ਅੱਛੀਆਂ ਵੋਟਾਂ ਦੇ ਜਿੱਤਦਾ ਵੀ ਰਿਹਾ ਫਿਰ ਮੈਂ ਸੰਤ ਮੋਹਨ ਇੰਸਟੀਚਿਊਟ ਦੇ ਵੀ ਉੱਥੋਂ ਦਾ ਡਾਇਰੈਕਟਰ ਵੀ ਇਸੇ ਪੈਟਰਨ ਤੇ ਕੰਮ ਕਰਨਾ ਸ਼ੁਰੂ ਕਰਤਾ ਸੀ ਮੈਨੂੰ ਪਤਾ ਹਾਂਜੀ ਹਾਂਜੀ ਉਹਨੂੰ ਵੀ ਉਹਦੀ ਟਰਮੀਨੇਸ਼ਨ ਉਹੀ ਹੋਈ ਸੀ ਉਸੇ ਕੰਮ ਦੇ ਉੱਤੇ ਉਹਦੀ ਉਹਦਾ ਵੀ ਕੰਪਲੇਨੈਂਟ ਮੈਂ ਸੀ ਪਰ ਅਲਟੀਮੇਟਲੀ ਭਾਜੀ ਇਹ ਹੈ ਵੀ ਇਸ਼ੂ ਇਹ ਹੋ ਜਾਂਦਾ ਵੀ ਜੇ ਤੁਸੀਂ ਇਸ ਤਰ੍ਹਾਂ ਦੇ ਸਿਸਟਮ 'ਚ ਆਉਣੇ ਆ ਤੇ ਤੁਹਾਨੂੰ ਤੁਸੀਂ ਕਾਮਰੇਡ ਵੱਜਣ ਲੱਗ ਜਾਂਦੇ ਆ ਵੀ ਤੁਹਾਡਾ ਤਾਂ ਕੰਮ ਹੀ ਹੈ ਅੱਜ ਵੀ ਦੇਖੋ ਇਹਨਾਂ ਨੇ ਮੈਨੂੰ 2018 ਦੇ ਵਿੱਚ 3 ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਨਿਕਲੇ ਸੀਗੀਆਂ ਪੋਸਟਾਂ ਤੇ ਉਹ ਇਹਨਾਂ ਨੂੰ ਇਹ ਡਰ ਲੱਗਦਾ ਸੀ ਪਾਰਟੀਆਂ ਨੂੰ ਇਹਨਾਂ ਨੂੰ ਵੀ ਕਿਤੇ ਮੈਂ ਤੇ ਬਣ ਜੂੰਗਾ ਮੈਂ ਕਿਉਂਕਿ ਮੈਨੂੰ ਅਕਾਲੀਆਂ ਨੇ ਇੰਨਾ ਪਰੇਸ਼ਾਨ ਕੀਤਾ ਅਕਾਲੀ ਗੌਰਮੈਂਟ 'ਚ ਮੈਂ ਇੰਨਾ ਪਰੇਸ਼ਾਨ ਹੋਇਆ ਤੇ ਮੈਂ VC ਬਣ ਜੂੰਗਾ ਇਹਨਾਂ ਨੇ ਇੱਕ ਮੇਰੀ ਫੇਕ ਵੀਡੀਓ ਵੀ ਚਲਾਈ ਅਰੋੜਾ ਜੀ ਨੇ ਔਰ ਇੱਕ ਇਹਨਾਂ ਦਾ ਇਹਦਾ ਨਾਂ ਹੈ ਵਿਸ਼ਵਦੀਪ ਉਹਦੇ ਫੈਮਿਲੀ ਨੇ ਰਲ ਕੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਦੇ ਬਾਅਦ ਇਹਨਾਂ ਨੇ ਗਵਰਨਰ ਸਾਹਿਬ ਕੋਲ ਗਏ ਇਨਕੁਆਇਰੀ ਵਾਸਤੇ ਰੀ ਇਨਕੁਆਇਰੀ ਕਰਨ ਵਾਸਤੇ ਬੇਨਤੀ ਕੀਤੀ ਵੀ ਇਹਨਾਂ ਦਾ ਜਿਹੜੀ ਬਹਾਲੀ ਆ ਉਹ ਗਲਤ ਹੈ ਉਹ ਫਿਰ ਇਨਕੁਆਇਰੀ ਵੀ ਉਹਦੇ ਵਿੱਚ ਵੀ ਨਹੀਂ ਕੁਛ ਹੈਗਾ ਉਹ ਹੁਣ ਜਦੋਂ ਉਹ ਸਾਰਾ ਕੁਛ ਹੋਣ ਤੋਂ ਬਾਅਦ ਮੈਂ ਉਹਨਾਂ ਤੇ ਡੈਫੇਮੇਸ਼ਨ ਪਾਈ ਅੱਛਾ ਅੱਛਾ ਮੈਂ 1 ਕਰੋੜ ਦੀ ਡੈਫੇਮੇਸ਼ਨ ਪਾਈ ਤੇ ਮੇਰੇ ਕੋਲੋਂ ਮਾਫ਼ੀ ਮੰਗ ਕੇ ਤੇ ਮੈਨੂੰ ਕਿਉਂਕਿ ਉਹ ਸਾਡੇ ਸਟੂਡੈਂਟ ਵਰਗੇ ਸੀਗੇ ਬੰਦੇ
ਮੈਨੂੰ ਉਹਨਾਂ ਦੇ ਤਰਸ ਆ ਵੀ ਇਹਨਾਂ ਦਾ ਕੈਰੀਅਰ ਖਰਾਬ ਹੋ ਜਾਏਗਾ ਜੇ ਮੈਂ ਡੈਫੇਮੇਸ਼ਨ ਆਲਮੋਸਟ ਫਾਈਨਲ ਸਟੇਜ ਦੇ ਉੱਤੇ ਡੈਫੇਮੇਸ਼ਨ ਸੀ ਜਿਹੜੀ ਮੈਂ ਉਹਨਾਂ ਦੇ ਫਿਰ ਵਿਦਡਰਾ ਕਰ ਲਈ ਨਹੀਂ ਤੇ ਉਹ ਐਲੀਗੇਸ਼ਨ ਇਹੋ ਜਿਹੇ ਸੀ ਜਿਹੜੇ ਕਦੀ ਕੋਈ ਬੰਦਾ ਸੋਚ ਨਹੀਂ ਸਕਦਾ ਨਾ ਮੇਰੀ ਚਾਰਜਸ਼ੀਟ ਸੀ ਨਾ ਮੇਰੇ ਕਿਸੇ ਦੀ ਚਲੋ ਖੈਰ ਵਿਜੀਲੈਂਸ ਬਿਊਰੋ ਜੋ ਮਰਜ਼ੀ ਕਰੇ ਉਹ ਫਿਰ ਕਿਤੇ ਹੋਰ ਪ੍ਰੋਗਰਾਮ 'ਚ ਡਿਸਕਸ ਕਰਦੇ ਹਾਂ ਅਲਟੀਮੇਟਲੀ ਤੁਹਾਨੂੰ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਵਿਕਟੀਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਆਪਣੀ ਟਰੁੱਥ ਤੇ ਲੌਜਿਕ ਨਾਲ ਸਾਰਾ ਫੇਸ ਕੀਤਾ ਤੇ ਅਲਟੀਮੇਟਲੀ ਤੁਸੀਂ ਵਿਕਟੋਰੀਅਸ ਨਿਕਲੇ ਹੈਗੇ ਇਹ ਇੱਕ ਬਹੁਤ ਵੱਡੀ ਗੱਲ ਹੈ ਸੋ ਮੇਰਾ ਤੇ ਇਹੀ ਹੈ ਵੀ ਦੇਖੋ ਟਰੁੱਥ ਆਲਵੇਜ਼ ਪ੍ਰਵੇਲਸ ਹਾਂਜੀ ਬਿਲਕੁਲ ਮੇਰੀ ਕਿਸੇ ਨਾਲ ਮੀਟਿੰਗ ਸੀ ਇਹਨਾਂ ਦੇ ਹਾਈ ਆਫੀਸਰ ਤਾਂ ਮੈਂ ਉਹਨੂੰ ਆਖਿਆ ਵੀ ਦੇਖੋ ਮੈਂ ਆਪਣੀ ਸਚਾਈ ਮੇਰੇ ਕੋਲ ਸਚਾਈ ਆ ਮੇਰੇ ਕੋਲ ਪੈਸਾ ਨਹੀਂ ਮੈਂ 40 ਕਰੋੜ ਜੇ ਉਹਨੇ ਲੈ ਗਿਆ ਜਾਂ 100 ਕਰੋੜ ਕੋਈ ਲੈ ਵੀ ਗਿਆ ਉਹ ਤਾਂ ਕਿਤੇ ਪੈਸਾ ਵੀ ਹੈ ਤੇ ਪਾਵਰ ਵੀ ਹੈ ਸੋ ਆਈ ਐਮ ਸਟਿਲ ਸਟੈਂਡਿੰਗ ਵਿਦ ਦੈਟ ਮੈਂ ਆਪਣੇ ਬੱਚੇ ਇਸੇ ਕਰਕੇ ਬਾਹਰ ਭੇਜੇ ਵੀ ਇਸ ਸਿਸਟਮ 'ਚ ਕਿਤੇ ਉਹ ਵੀ ਮੇਰੀਆਂ ਆਦਤਾਂ ਨਾਲ ਸਿੱਖ ਜਾਣ ਤੇ ਲੜਾਈ ਬੱਚੇ ਤੁਹਾਡੇ ਯੂਨੀਵਰਸਿਟੀ ਉਹ ਵਾਟਰਲੂ 'ਚ ਪੜ੍ਹਦੇ ਆ ਉਹ ਵਰਲਡ ਕਲਾਸ ਮੇਰੇ ਖਿਆਲ ਦੂਜੇ ਜਾਂ ਤੀਜੇ ਨੰਬਰ 'ਤੇ ਯੂਨੀਵਰਸਿਟੀ ਉਹਦਾ ਤਾਂ ਪੈਕੇਜ ਹੀ ਬਹੁਤ ਜ਼ਿਆਦਾ ਬਾਕੀ ਅਸੀਂ ਹੋਰ ਵੀ ਟੋਪਿਕਸ ਗਾਂਹ ਇਕੱਠੇ ਹੋਵਾਂਗੇ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਜਿੰਨੀ ਤੁਹਾਡੇ ਕੋਲ ਅਵੇਲੇਬਲ ਸੀ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਅਨਪੀ ਸਿੰਘ ਜੀ ਥੈਂਕ ਯੂ ਵੈਰੀ ਮਚ ਧੰਨਵਾਦ ਥੈਂਕ ਯੂ ਸਾਰੀ ਕੋਈ ਗਲਤ ਪ੍ਰੋਨਾਂਸੀਏਸ਼ਨ